जिक्र है फता, जिक्र है फता, जिक्र शिफा है, जिक्र है दवा, जिक्र है दवा, नजात मिलती है उसको यकीन करे जो कल्ब से जिक्रुल्ला, जिक्र से बढ़ के नहीं है अमल कोई है फरमान रसूल सदके में आका सारे जहां को दीन मिला, बेदीनों ने कलमा पढ़ा, ला इलाहा इल्लल्लाह, हस्बी रब्बी जल्लल्लाह, मा फी कल्बी गैरुल्लाह, नूरे मुहम्मद सल्लल्लाह, ला इलाहा। क्या बात है। हाँ जी, ये देखो जी, लैम्प लैम्प बनिया जी। जिस तरह के तमाम दोस्त जेड़ा खाना खा रहे हैं, अल्हम्दुलिल्लाह तवा जेड़ा इन्ना जनाब अज बनाया है, सारा हिसाब किताब जरा इन्हों को पूछने कैसा बनया है जरा। ऐसा कोहा जनाब अल्हम्दुलिल्लाह कितना ही जबरदस्त और टेस्टी बना रहे हैं अल्हम्दुलिल्लाह, और इन्होंने दोस्तों को पूछने कितना जबरदस्त इन्होंने टेस्ट थी और खाना लाई थी जी। बेटा कैसे बना था ये खाना? वेरी नाइस, वेरी नाइस, टेस्टी, स्पाइसी, ब्रदर एंड सिस्टर लाइक इट, सो व्हाट से हु मेक इट, व्हाट से, थैंक यू अंकल, वेरी नाइस, वेरी टेस्टी, वेरी गुड, डिलीशियस, थैंक यू। ओके सर जी, बिल्कुल जिस तरह भी दोस्त खलोते हैं अल्हम्दुलिल्लाह, इन्हें भी खाना खाता है अल्हम्दुलिल्लाह, इन्हें कुछ पूछने हैं कैसा खाना बने हैं। जी बिल्कुल जिस तरह भी दोस्त खड़ोते हैं अल्हम्दुलिल्लाह, इन्हों को पूछने हैं कैसा खाना बने हैं। बहुत जी भाई भाई, बहुत जबरदस्त खाना बने है, बहुत नाइस टेस्टी खाना बने है। पाकिस्तान तो स्पेशल तवा है, स्पेशल असी सेटअप बनाया के असी जरा जनाब असी फ्राइडे या संडे असी जनाब असी खत्म खरूद करके इंशाल्लाह जाना असी खाना तैयार कर रहे हैं, तो बहुत इंजॉय होता है खाना, हर चीज फ्रेश दे दो यार, जबरदस्त हैंडमेड खाना जरा जी नान अंदर जैसे की होटल असी बना के खाते हैं, बहुत ही अच्छा लगता है जी। बिल्कुल अल्हम्दुलिल्लाह तमाम दोस्त जेड़े है अपना जेड़ी है राय देते, और तुसी लोग बैठो ना और इना जनाब एक तवा जेड़ा पाकिस्तान तो अल्हम्दुलिल्लाह मंगवाए, एक तरह एंजॉय करने वास्ते ना संडे सैटरडे है, रेडी है प्रोग्राम रखने वास्ते, टका टक कोई रिसेप्शन करा दे, ताडे लिए कोई मीटिंग मारिए, जापा बनाए दे, हां कुछ शाम दे कराओ, एक
ਟਿੱਕੀਆਂ ਬਣਾਓ ਬਰਗਰ ਬਣ ਜਾਂਦੇ ਨੇ ਉਹ ਸਾਰੀਆਂ ਆਈਟਮਾਂ ਵਾਸਤੇ ਹੈ ਤੇ ਜਨਾਬ ਬਰਗਰ ਦੇ ਮੈਂ ਹਾਂ ਨਾ ਜਿਹੜਾ ਵੀ ਹੋਵੇ ਜਦੋਂ ਕਿ 10 ਦਾ ਮੈਂ ਵੀ ਆ ਬੰਦੇ ਦੀ ਪਾਰਟੀ ਹੈ ਤੇ ਹਰ ਚੀਜ਼ ਦੇ ਲਈ ਫਰੈਸ਼ ਹੋ ਕੇ ਸਭ ਕਾਗ ਤਿਆਰ ਕਰਦੇ ਇਸ ਤਰ੍ਹਾਂ ਕਿ ਭਾਈ ਤਾਰਿਕ ਸਾਹਿਬ ਨਾਲ ਅਲਹਮਦੁਲਿਲਾ ਇਹਨਾਂ ਸਾਰਿਆਂ ਦੋਸਤਾਂ ਵਾਸਤੇ ਖਾਣਾ ਤਿਆਰ ਕੀਤਾ ਉਸ ਕਾਫੀ ਦੇਰ ਤੋਂ ਜਿਹੜੇ ਇਹ ਲੱਗੇ ਨਾਲ ਅਲਹਮਦੁਲਿਲਾ ਬਣਾਉਣ ਤੇ ਇਹਨਾਂ ਬਹੁਤ ਹੀ ਅੱਛਾ ਔਰ ਟੇਸਟੀ ਖਾਣਾ ਪ੍ਰੋਵਾਈਡ ਕੀਤਾ ਦੋਸਤਾਂ ਨੂੰ ਤੇ ਆਓ ਜ਼ਰਾ ਦੋਸਤਾਂ ਕੋਲ ਪੁੱਛਨੇ ਆ ਕਿਹਦਾ ਖਾਣਾ ਬਣਿਆ ਹਾਂਜੀ ਜਿਸ ਤਰ੍ਹਾਂ ਕਿ ਬਿਲਕੁਲ ਅਲਹਮਦੁਲਿਲਾ ਖਾਣਾ ਤੇ ਇਹਨਾਂ ਖਾ ਲਿਆ ਹੁਣ ਸਵੀਟ ਡਿਸ਼ ਜਿਹੜੀ ਹੈ ਅਲਹਮਦੁਲਿਲਾ ਸੋਹਣਾ ਇੰਤਜ਼ਾਮ ਇਹਨਾਂ ਕੀਤੇ ਜ਼ਰਦਾ ਬਣਾਇਆ ਸੀ ਨਾਲ ਥੋੜ੍ਹਾ ਕਸਟਰ ਵੀ ਅਲਹਮਦੁਲਿਲਾ ਇਹਨਾਂ ਬਣਾਇਆ ਸੀ ਲਾਲੇ ਲਾਲਾ ਇਹਨਾਂ ਨੂੰ ਕਰਕੇ ਆ ਤਿੰਨ ਸਾਨੂੰ ਨਾ ਸਹੀ ਪਤਾ ਨਹੀਂ ਤੇ ਜਨਾਬ ਅਲਹਮਦੁਲਿਲਾ ਹੁਣ ਖਾਣਾ ਦੋ ਸਾਰੇ ਖਾ ਰਹੇ ਨੇ ਬਾਅਦ 'ਚ ਤੁਸਾਂ ਦੀ ਇਹਨਾਂ ਨਾਲ ਅਸੀਂ ਗੱਲ ਕਰਵਾਉਂਦੇ ਹਾਂ ਤੇ ਤੁਸੀਂ ਤੱਕਦੇ ਰਹੋ ਅਲੀ ਟੀ ਵੀ ਚੈਨਲ UK ਤੁਹਾਨੂੰ ਦੇਸੀ ਮੋਲ ਅਸੀਂ ਅਲਹਮਦੁਲਿਲਾ ਦੱਸ ਰਹੇ ਹਾਂ ਔਰ ਤੱਕੀ ਆਓ ਜਨਾਬ ਸਾਕੋ ਭਾਈ ਨੇ ਵੀ ਦੇਖੋ ਖਾਣਾ ਖਿਲਾ ਰਹੇ ਨੇ ਕਿਤਨਾ ਪਿਆਰ ਮੁਹੱਬਤ ਔਰ ਸਾਰਿਆਂ ਅੱਗੇ ਹੁਣ ਇਹ ਖਾਣਾ ਇਹਨਾਂ ਰੱਖਿਆ ਲਾ ਇਹ ਚਾਵਲ ਜ਼ਰਦਾ ਹੁਣ ਦੇਖੋ ਦੇ ਰਹੇ ਦੋਸਤ ਨੂੰ ਚਲੋ ਠੀਕ ਜਿਸ ਤਰ੍ਹਾਂ ਕਿ ਮਾਸ਼ਾਅੱਲਾ ਹੁਣ ਜ਼ਰਦੇ ਦਾ ਇੰਤਜ਼ਾਮ ਹੋਏ ਅਸੀਂ ਨਾਲ ਸਵੀਟ ਡਿਸ਼ ਵੀ ਔਰ ਆਪਣੇ ਬਜ਼ੁਰਗ ਖਾ ਰਹੇ ਨੇ ਅਲਹਮਦੁਲਿਲਾ ਤੇ ਜਿਹੜਾ ਹੁਣ ਭੱਟੀ ਸਾਹਿਬ ਵੀ ਇੱਧਰ ਜਨਾਬ ਇਹ ਖਾ ਗਏ ਨੇ ਜਨਾਬ ਤੇ ਤੁਹਾਨੂੰ ਥੋੜ੍ਹੀ ਥੋੜ੍ਹੀ ਇਹਨਾਂ ਦੀ ਰਾਏ ਵੀ ਲੈ ਕੇ ਦੱਸਾਂਗੇ ਅਕਸਰ ਜਿਹੜੇ ਦੋਸਤ ਉਹ ਪੁੱਛ ਰਹੇ ਨੇ ਜਨਾਬ ਖਾਣਾ ਬਹੁਤ ਹੀ ਅੱਛਾ ਬਣਿਆ ਸੀ ਖਾਣ ਦਾ ਮਜ਼ਾ ਦੋਸਤ ਮਿਲ ਕੇ ਜਿਸ ਵੇਲੇ ਖਾਣ ਔਰ ਖਾਸ ਕਰ ਟਕਾ ਟਕ ਜਿਹੜਾ ਸੀ ਉਹ ਤੇ ਬਹੁਤ ਹੀ ਲਜ਼ੀਜ਼ ਸੀ ਹਰ ਚੀਜ਼ ਬੜੀ ਪਿਆਰੀ ਮੈਂ ਕਹਿੰਦਾ ਜੀ ਬਿਹਤਰੀਨ ਬਹਿਜਾ ਬਹਿਜਾ ਕਰਤੀ ਇਹਨਾਂ ਨੇ ਹਰ ਚੀਜ਼ ਬਿਹਤਰੀਨ ਸੀ ਕਿਆ ਬਾਤ ਹੈ ਜਨਾਬ ਕੀਮਾ ਔਰ ਕਿਆ ਸ਼ੋਰਬਾ ਔਰ ਕਿਆ ਚਾਵਲ ਪਲਾਓ ਜ਼ਰਦਾ ਅਤੇ ਸਵੀਟ ਡਿਸ਼ ਮੈਂ ਨਾ ਜੋੜੋ ਹੋਰ ਜਨਾਬ ਵਾਲਾ ਕਾਹਵਾ ਲਿਆਦਾ ਬਿਹਤਰੀਨ ਬਹੁਤ ਬਹੁਤ ਮੈਂ ਕਹਿੰਦਾ ਜੀ ਇਹਨਾਂ ਨੇ ਬਹੁਤ ਅੱਛਾ ਬਣਾਇਆ ਵੈਰੀ ਫਾਈਨ ਬਹੁਤ ਮਜ਼ੇਦਾਰ ਖਾਣਾ ਮਾਸ਼ਾਅੱਲਾ ਬਹੁਤ ਅੱਛਾ ਬਣਿਆ ਸੀ ਲਾਲੇ ਦੇ ਹੱਥ 'ਚ ਕੋਈ ਖਾਸ ਸਹੀ ਸੀ ਅਸਲਾਮੁਅਲੈਕੁਮ ਜਨਾਬ ਖਾਣਾ ਮਾਸ਼ਾਅੱਲਾ ਲਾਲੇ ਨਾ ਬਹੁਤ ਖੂਬਸੂਰਤ ਬਣਾਇਆ ਜੀ ਟੇਸਟ ਵੀ ਖੂਬਸੂਰਤ ਔਰ ਖਾਣਾ ਵੀ ਖੂਬਸੂਰਤ ਖਾਣ ਦਾ ਵੀ ਦਿਲ ਕਰਦਾ ਉਹ ਤੱਕਣ ਦਾ ਵੀ ਦਿਲ ਕਰਦਾ ਉਸ ਤੋਂ ਬਾਅਦ ਕਾਹਵਾ ਵੀ ਬਹੁਤ ਅੱਛਾ ਬਣਾਇਆ ਨੀ ਜਨਾਬ ਕਿਆ ਬਾਤ ਹੈ ਜੀ ਜਨਾਬ ਅਸੀਂ ਤੇ ਮੇਰੇ ਕੋਲ ਲਫ਼ਜ਼ ਨਹੀਂ ਮਿਲ ਰਿਹਾ ਮੈਂ ਉਹਨਾਂ ਜਿਤਨੀ ਵੀ ਤਾਰੀਫ ਕਰਾਂ ਘੱਟ ਹੈ ਮੇਰੀ ਜ਼ਿੰਦਗੀ ਦੇ ਜਿਤਨੇ ਮੈਂ ਬਿਹਤਰੀਨ ਖਾਣੇ ਖਾਧੇ ਨਾ ਉਹਨਾਂ 'ਚ ਇਹ ਟੌਪ ਦਾ ਖਾਣਾ ਅਸਲਾਮ ਵਾਲੇਕੁਮ ਬਿਸਮਿਲ੍ਲਾ ਰਹਿਮਾਨ ਰਹੀਮ ਜੀ ਬਹੁਤ ਬਹੁਤ ਜ਼ਬਰਦਸਤ ਖਾਣਾ ਬਣਿਆ ਸੀ ਅੱਲਾਹ ਤਾਲਾ ਲਾਲਾ ਜੀ ਨੂੰ ਮਜ਼ੀਦ ਸਿਹਤ ਤੰਦਰੁਸਤੀ ਦੇਵੇ ਉਸ ਤਰ੍ਹਾਂ ਦੀਆਂ ਹੋਰ ਦਾਵਤਾਂ ਕਰਦੇ ਰਹਿਣ ਸਾਰੇ ਲੋਕਾਂ ਨੂੰ ਇਨਵਾਈਟ ਕਰਦੇ ਰਹਿਣ ਅਤੇ ਮਾਸ਼ਾਅੱਲਾ ਬਹੁਤ ਖਾਣਾ ਸੀ ਲੋਕ ਬਹੁਤ ਅੱਛੇ ਨੇ ਸਭ ਨਾਲ ਵਕਤ ਗੁਜ਼ਾਰ ਕੇ ਬਹੁਤ ਮਜ਼ਾ ਆਇਆ ਅਤੇ ਅਲਹਮਦੁਲਿਲਾ ਅਤੇ ਜੀ ਸਾਰਿਆਂ ਦੋਸਤਾਂ ਨਾਲ ਅਲਹਮਦੁਲਿਲਾ ਗੱਲ ਹੋ ਗਈ ਹੈ ਹੁਣ ਤੁਹਾਨੂੰ ਜਿਹਨਾਂ ਦਾਵਤ ਦਿੱਤੀ ਸੀ ਖਤਮ ਹੋਇਆ ਉਹਨਾਂ ਨਾਲ ਤੁਹਾਨੂੰ ਬੁਲਾਉਂਦੇ ਇਹ ਨੇ ਲਾਲਾ ਹਰੀ ਲਾਲਾ ਇਹਨਾਂ ਨੂੰ ਕਿਹਾ ਸੀ ਲਾਲਾ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਖਾਣਾ ਬਣਵਾਇਆ ਸੋਹਣਾ ਇੰਤਜ਼ਾਮ ਅੱਲਾਹ ਦਾ ਕਰਮ ਜੀ ਸ਼ੁਕਰੀਆ ਸਾਡੇ ਕੋਲ ਆਏ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਵਾ ਕਿ ਉਹਨਾਂ ਸਾਡੇ ਕੋਲ ਆਏ ਸਾਡੇ ਇੱਥੇ ਰੌਣਕ ਵੀ ਲਾਈ ਅਤੇ ਨਾਲੇ ਸਾਡੇ ਦੋਸਤ ਨੂੰ ਆਪਣੇ